ਸਤਿਗੁਰ ਜੀ ਸਾਰਿਆਂ ਨੂੰ ਸੋਨਦਾ ਹਾਂ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਕੱਚੇ ਬੰਦਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆਇਆ ਇਟਲੀ ਦੀ ਇਮੀਗ੍ਰੇਸ਼ਨ ਜੋ ਹਰ ਸਾਲ ਖੋਲਦੀ ਹੈ ਦੇਕਰੇ ਤੇ ਫਲੂਸਿਸ ਰਾਜੋਨਾਲੀ ਜਿਸ ਨੂੰ ਕਹਿੰਦੇ ਆ ਉਹਦੇ ਲਈ ਅਪਡੇਟ ਆਇਆ ਜਿਹਦੇ ਲਈ ਅਸੀਂ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਦੱਸਿਆ 1 ਨਵੰਬਰ ਤੋਂ 30 ਨਵੰਬਰ ਤੱਕ ਫਾਈਲਾਂ ਪਰ ਹੋਣੀਆਂ ਤਿਆਰ ਤੇ ਫਰਵਰੀ ਅਤੇ ਅਕਤੂਬਰ ਦੇ ਵਿੱਚ ਹੋਵੇਗਾ ਕਲਿਕਡੇ ਸਾਲ ਦੇ ਵਿੱਚ ਦੋ ਵਾਰ ਖੁੱਲਣਗੇ ਪੇਪਰ 70% ਕੋਟਾ ਬੈਲ ਅਤੇ 30% ਬਾਸਟ ਇੱਕ ਕਿਸਮ ਨਾਲ ਸਰਕਾਰ ਨੇ ਕੋਟੇ ਦਾ ਸਿਸਟਮ ਵੀ ਖਤਮ ਕੀਤਾ ਕਹਿੰਦੇ ਜਿੰਨੀ ਲੋਡ ਹੋਵੇਗੀ ਉਨੇ ਬੰਦਿਆਂ ਨੂੰ ਬੁਲਾਇਆ ਜਾਊਗਾ 10000 ਬੰਦਾ ਇਨੀ ਰੱਖਿਆ ਜੇਕਰ ਘਰ ਦੇ ਵਿੱਚ ਕਿਸੇ ਦੀ ਕੇਅਰ ਕਰਨੀ ਹੋਵੇ ਬਜ਼ੁਰਗ ਦੀ ਜਾਂ ਕਿਸੇ ਹੈਂਡੀਕੈਪਡ ਮਾਲਕ ਬੰਦੇ ਨੂੰ ਬੁਲਾ ਕੇ ਜੇਕਰ ਮੁੱਕਣਗੇ 3 ਸਾਲ ਦੇ ਨੀ ਤਿੰਨ ਸਾਲਾਂ ਦੇ ਲਈ ਨਹੀਂ ਪਰ ਸਕਣਗੇ ਕਿਸੇ ਦੇ ਪੇਪਰ ਖਬਰਾਂ ਵਾਲ ਚੱਲਦੇ ਆਂ ਜੀ ਇਟਲੀ ਦੀਆਂ ਜੇਕਰ ਤੁਸੀਂ ਮੱਕੀ ਦਾ ਆਟਾ ਖਾਣ ਦੇ ਸ਼ਕੀਨ ਤਾਂ ਸਾਵਧਾਨ ਦੱਸਿਆ ਜਾ ਰਿਹਾ ਕਿ ਪੋਲੈਂਤਾ ਜਿਹੜਾ ਆਇਰਿਸ ਮਾਰਕਾ ਦਾ ਇਸ ਨੂੰ ਵਾਪਸ ਬੁਲਾ ਲਿਆ ਗਿਆ ਇਹਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਆਇਰਿਸ ਕੰਪਨੀ ਦਾ ਪੋਲੈਂਤਾ 500 ਗ੍ਰਾਮ ਦੀ ਪੈਕੇਜਿੰਗ ਆਂਦੀ ਇਹਨਾਂ ਦੀ ਇਰਿਸ ਜਾਂ ਆਇਰਿਸ ਇਸ ਨੂੰ ਅੱਜ ਹੀ ਵਾਪਸ ਕਰੋ ਇਹ ਖਾਣਯੋਗ ਨਹੀਂ ਹੈ ਉਸ ਤੋਂ ਬਾਅਦ ਜੋ ਅਗਲਾ ਅਪਡੇਟ ਆ ਰਿਹਾ ਜੀ ਫਰਾਰਾ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਕੇਸ ਸ਼ੁਰੂ ਕੀਤਾ ਹਸਪੀਟਲ ਦੇ ਸਿਰ ਦੱਸਿਆ ਜਾ ਰਿਹਾ ਕਿ ਹਸਪੀਟਲ ਦਾ ਨਾਮਾ ਜੀ ਲੋਸਪੇਦਾਲੇ ਮਤਸੋਲਾਨੀ ਵੰਦੀਨੀ ਦੀ ਅਰਜੈਂਤਾ ਇਸ ਹਸਪੀਟਲ ਦੇ ਸਿਰ ਜਿਹੜਾ ਕੇਸ ਪਿਆ ਉਹ ਇਹ ਪਿਆ ਕਿ ਇੱਥੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਸ਼ੱਕ ਦੇ ਧਾਰੇ ਦੇ ਵਿੱਚ ਕਿ ਮੌਤਾਂ ਕਿਉਂ ਹੋਈਆਂ ਇੱਥੇ ਇਹ ਸੋਚਿਆ ਜਾ ਰਿਹਾ ਕਿ ਸ਼ਾਇਦ ਇਹ ਜਿਹੜੀਆਂ ਮੌਤਾਂ ਹੋਈਆਂ ਕੁਝ ਜਿਹੜੀਆਂ ਦਵਾਈਆਂ ਦੇ ਟੈਸਟਿੰਗ ਦੇ ਚੱਕਰ ਚ ਹੋਈ। ਇਹ ਕਲੀਅਰ ਨਹੀਂ ਹੈ ਜੀ ਇਹਦੇ ਵਿੱਚ ਇੱਕ ਨਰਸ ਆ ਜਿਸ ਦੇ ਉੱਤੇ ਹੁਣ ਇਸ ਟਾਈਮ ਇਨਕੁਆਰੀ ਚੱਲ ਰਹੀ ਹੈ। ਕਿ ਅਸਲ ਦੇ ਵਿੱਚ ਗੱਲ ਕੀ ਹੈ? ਇਨਕੁਆਰੀ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਗੱਲ ਸਹੀ ਹੈ ਜਾਂ ਫਿਰ ਇਹ ਜਿਹੜੀ ਗੱਲ ਗਲਤ ਆ। ਕਰਮਿਆਨਾਂ ਦੇ ਕਰਮਿਆਨੋਂ ਪਿੰਡ ਜੋ ਲੈਚੇ ਦੇ ਵਿੱਚ ਪੈ ਰਿਹਾ ਜਿਉਂ ਉੱਥੇ 13 ਅਕਤੂਬਰ ਐਤਵਾਰ ਦੀ ਰਾਤ ਨੂੰ ਇੱਕ 2 ਸਾਲ ਦੀ ਬੱਚੀ ਗੈਸ ਦੇ ਕੋਲ ਜਾਂਦੀ ਆ ਤੇ ਆਪਣੇ ਉੱਤੇ ਤੇਲ ਸੇਟ ਲੰਦੀ ਹੈ ਗਲਤੀ ਦੇ ਨਾਲ ਤੇ ਜਿਸ ਦੇ ਨਾਲ ਉਹਦੀਆਂ ਬਾਹਾਂ ਤੇ ਮੂੰਹ ਦੇ ਉੱਤੇ ਬਹੁਤ ਹੀ ਜ਼ਿਆਦਾ ਗਰਮ ਤੇਲ ਡਿਗਿਆ ਜਿਸ ਨਾਲ ਉਹ ਜਲ ਗਏ ਹੁਣ ਇਹ ਗੱਲ ਹੋਈ ਹਸਪੀਟਲ ਵਾਲੇ ਪਹੁੰਚ ਜਾਂਦੇ ਐ ਐਮਬੂਲੈਂਸ ਪਹੁੰਚ ਜਾਂਦੀ ਆ ਪੁਲਿਸ ਵੀ ਪਹੁੰਚਦੀ ਆ ਕਿਉਂਕਿ ਦੇਖਦੇ ਆ ਬੱਚੇ ਦੇ ਨਾਲ ਗਲਤ ਹੋਇਆ ਹੁਣ ਸਾਰਿਆਂ ਦੇ ਬਿਆਨ ਲਏ ਗਏ ਨੇ ਤੇ ਉਸ ਤੋਂ ਬਾਅਦ ਸੋਸ਼ਲ ਸਰਵਿਸ ਵਾਲੇ ਐਕਟਿਵ ਹੋ ਗਏ ਨੇ ਹੁਣ ਉਹਨੂੰ ਹੀ ਦੇਖਣਾ ਕਿ ਸੋਸ਼ਲ ਸਰਵਿਸ ਵਾਲਿਆਂ ਨੇ ਕਿ ਕੀ ਉਸ ਫੈਮਿਲੀ ਨੂੰ ਬੱਚੇ ਨੂੰ ਸੰਭਾਲਣ ਦੀ ਲੋੜ ਹੈ ਪੁਲਿਸ ਵਾਲੇ ਨੇ ਜਿਹੜਾ ਪਤੀਲਾ ਜਾਂ ਜਿਹੜਾ ਭਾਂਡਾ ਜਿੱਚ ਤੇਲ ਗਰਮ ਕਰ ਰਿਹਾ ਸੀ ਬੱਚੀ ਦੇ ਡਿਗਿਆ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੁਣ ਉਸਤੇ ਸ਼ਾਨਵੀਨ ਕੀਤੀ ਜਾਊਗੀ ਕੀ ਬੱਚੀ ਦੇ ਉਹਦੇ ਤੇ ਫਿੰਗਰਪ੍ਰਿੰਟ ਹੈਗੇ ਆ ਜਾਂ ਨਹੀਂ ਹੈਗੇ ਉਸ ਤੋਂ ਬਾਅਦ ਜਿਹੜਾ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ ਬੱਚੀ ਵੀ ਉਹਨਾਂ ਤੋਂ ਖੋਈ ਜਾ ਸਕਦੀ ਹੈ ਕਿ ਬੱਚੀ ਦੇ ਤੁਸੀਂ ਜਿਹੜੀ ਕੇਅਰ ਚੰਗੀ ਤਰ੍ਹਾਂ ਨਹੀਂ ਕਰਦੇ ਰੋਮਾ ਦੇ ਵਿੱਚ ਫੌਂਟਾਨਾ ਦੀ ਤਰੀ ਵੀ ਉੱਥੇ ਇੱਕ ਬਿਲਡਿੰਗ ਦੇ ਵਿੱਚ ਜਿਹੜੀ ਲਿਫਟ ਲੰਗੀ ਹੁੰਦੀ ਆ ਲਿਫਟ ਜਿਹੜੀ ਆ ਉਹ ਚ ਐਕਸੀਡੈਂਟ ਹੋ ਜਾਂਦਾ ਲਿਫਟ ਚ ਐਕਸੀਡੈਂਟ ਇਦਾਂ ਹੁੰਦਾ ਕਿ ਲਿਫਟ ਜਿਹੜੀ ਪੂਰੀ ਯੋਰ ਦੇ ਨਾਲ ਥੱਲੇ ਡਿੱਗਦੀ ਆ ਇੱਕ ਬੰਦੇ ਦੀ ਮੌਤ ਅਤੇ ਦੋ ਫੱਟੜ ਹੋ ਜਾਂਦੇ ਜਿਨ੍ਹਾਂ ਦੇ ਵਿੱਚ 16 ਸਾਲ ਦਾ ਇੱਕ ਮੁੰਡਾ ਵੀ ਹੈ ਜੀ ਇਹ ਦੱਸਿਆ ਜਾ ਰਿਹਾ ਕਿ ਮਰਨ ਵਾਲਾ ਇੱਕ ਉਹ ਪਰਾਇਓ ਆ ਜੀ ਜਿਸ ਦੀ ਮੌਤ ਹੋਈ ਆ ਉਹ ਪਰਾਇਓ ਵੀ ਉੱਥੇ ਕੰਮ ਹੀ ਕਰ ਰਿਹਾ ਸੀ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਤਿੰਨ ਦੇ ਤਿੰਨ ਉਪਰਾਇ ਸੀਗੇ ਜਿਹੜੇ ਉੱਥੇ ਕੰਮ ਕਰ ਰਹੇ ਸੀ ਤੇ ਜਿਹੜੇ ਚਿੰਗੇ ਹੁੰਦੇ ਜਿਹੜੀਆਂ ਬੈਲਟਾਂ ਲੱਗੀਆਂ ਹੋਈਆਂ ਸਾਨੂੰ ਟੁੱਟਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਰੋਮਾ ਦੀਆਂ 104 ਮਾਰਕੀਟਾਂ ਦੇ ਵਿੱਚ ਹੁਣ ਤੁਹਾਨੂੰ ਹਰੇ ਰੰਗ ਦੇ ਜਿਹੜੇ ਆ ਬਾਲਟੀਆਂ ਦੇਖਣ ਨੂੰ ਮਿਲ ਸਕਦੀਆਂ ਇਹ ਦੱਸਿਆ ਜਾ ਰਿਹਾ 104 ਮਾਰਕੀਟਾਂ 15 ਕਮੂਨੀਆਂ ਦੇ ਵਿੱਚ ਹਰੀਆਂ ਬਾਲਟੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਜੜੀਆਂ ਪੰਨੋਂ ਲਈ ਨਹੀਂ ਹੁੰਦੀਆਂ ਨੇ ਬੱਚਿਆਂ ਦੀਆਂ ਨੇਪੀਆਂ ਹੁੰਦੀਆਂ ਨੇ ਅਤੇ ਉੱਥੇ ਤੱਕ ਜੇਕਰ ਆਪਣੇ ਮੋਬਾਈਲ ਲੈਪਟਾਪ ਬੈਟਰੀਆਂ ਸਿੱਟਣੀਆਂ ਹੋਣ ਤਾਂ ਇਹ ਤੁਸੀਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਸਿੱਟ ਚੱਕ ਸਿੱਟ ਸਕਦੇ ਆ ਰੀਸਾਈਕਲ ਕਰਨ। ਬਰੇਵੀ ਦੀ ਗੱਲ ਕਰਦੇ ਹਾਂ ਜੀ ਬਰੇ ਬੇਮੀ ਜੋ ਬਹਿਰਗਮ ਦੇ ਵਿੱਚ ਪੈ ਰਿਹਾ 560 ਜੁਰਮਾਨੇ ਕੀਤੇ ਗਏ ਬੰਦਿਆਂ ਨੂੰ ਜਿਹੜੇ ਟੈਲੀਫੋਨ ਤੇ ਗੱਲ ਕਰਦੇ ਹੋਏ ਗੱਡੀ ਚਲਾ ਰਹੇ ਸਨ 130 ਕਿੰਟੀ ਦੀ ਸਪੀਡ ਤੇ ਦੱਸਿਆ ਜਾ ਰਿਹਾ ਕਿ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦਾ 2024 ਦੇ ਵਿੱਚ ਟ੍ਰੈਫਿਕ ਵਧਦੀ ਜਾ ਰਹੀ ਹੈ ਕੈਮਰੇ ਲੱਗੇ ਨੇ ਜੋ ਕਿ ਤੁਹਾਨੂੰ ਫੋਨ ਤੇ ਗੱਲ ਕਰਦੇ ਨੂੰ ਫੜ ਸਕਦੇ ਨੇ ਇਸ ਕਰਕੇ ਸਾਵਧਾਨ ਜਦੋਂ ਤੁਸੀਂ ਆਟੋਸ ਤਰਾਦਿਆਂ ਤੇ ਚੱਲਦੇ ਹੋ ਤਾਂ ਟੈਲੀਫੋਨ ਦੀ ਵਰਤੋਂ ਜਿੰਨੀ ਹੋ ਸਕੇ ਘੱਟ ਕਰੋ ਬਰੇਸ਼ਾ ਇਲਾਕੇ ਦੇ ਵਿੱਚ ਖਬਰ ਆ ਰਹੀ ਹੈ ਜੀ ਅ ਵਿਆਰੀਏ ਦੇ ਕੇਸ ਦੇਖਣ ਨੂੰ ਮਿਲ ਰਹੇ ਨੇ ਕਰਮੋਨਾ ਏਰੀਆ ਦਾ ਜੀ ਕਾਜ਼ਾਲੇ ਤੋਂ ਦੀ ਸੋਪਰਾ ਦੇ ਵਿੱਚ ਤਕੀਨੂਆ ਜੋ ਆਇਆ ਇਜ਼ਰਾਈਲਾ ਦੇ ਵਿੱਚ ਵੀ ਤਕੀਨੂਆ ਦੇ ਵਿੱਚ ਆਇਆ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲਾ ਦੇ ਵਿੱਚ 37000 ਤਕੀਨੂਆ ਨੂੰ ਮਾਰ ਦਿੱਤਾ ਗਿਆ ਕਾਰਨ ਇਹ ਕਿ ਉਹ ਵਾਰਡ ਫਲੂ ਜਿਸ ਨੂੰ ਅਵਿਆਰੀਆ ਕੇਂਦਰ ਉਹਦੇ ਵਿੱਚ ਪੋਜ਼ਿਟਿਵ ਆਇਸਨ ਤੇ 9 ਪਿੰਡਾਂ ਨੂੰ ਰੈਡ ਜ਼ੋਨ ਡਿਕਲੇਅਰ ਕੀਤਾ ਗਿਆ ਜੀ ਇਹ ਜਿਹੜੇ 9 ਪਿੰਡ ਰੈਡ ਜ਼ੋਨ ਦੇ ਨੇ ਆਦਰੋ ਕਪਰੀਆਲੋ ਕੋਲੋਗੇ ਕੋਰਤੇ ਫ੍ਰਾਂਕਾ ਐਰਬੂਸਕੋ ਇਜ਼ਿਓ ਪਾਲਾਟਸੋਲੋ ਪ੍ਰਾਤੀਕੋ ਤੇ ਪੋਂਟੋਲਿਓ ਅਧਿਨ ਦੇ ਨਾਲ ਤਕਰੀਬਨ 3 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੇ ਵੀ ਮੁਰਗੇ ਤਕੀਨੋ ਜਾਂ ਮੁਰਗੀਆਂ ਹੋਣਗੀਆਂ ਉਹਨਾਂ ਨੂੰ ਵੀ ਮਾਰ ਦਿੱਤਾ ਜਾਵੇਗਾ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਮੁਰਗੇ ਜਾਂ ਮੁਰਗੀਆਂ ਪਾਣ ਦੀ অনুমতি ਜਿਹੜੀ ਆ ਸਲਾਹ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ। ਵੈਰੋਨਾ ਦੇ ਵਿੱਚ ਇੱਕ 45 ਸਾਲ ਦੀ ਮੈਡਮ ਦੇ ਸਿਰ ਕੇਸ 2018 ਤੇ 2020 ਦੀ ਇਹ ਜਿਹੜੀ ਘਟਨਾ ਦੱਸਿਆ ਜਾ ਰਿਹਾ ਹੈ ਜੋ ਖਬਰਾਂ ਦੇ ਵਿੱਚ ਲਿਖਿਆ ਹੈ ਕਿ ਬੱਚਿਆਂ ਨੂੰ 12 ਸਾਲ ਦੀ ਜਿਹੜੀ ਉਮਰ ਬੱਚੇ ਆ ਫਿਰ ਉਹ ਚਾਹੇ ਨਾਰਮਲ ਬੱਚੇ ਹੋਣ ਚਾਹੇ ਉਹ ਹੈਂਡੀਕੈਪਡ ਬੱਚੇ ਹੋਣ ਉਹਨਾਂ ਨੂੰ ਬਾਥਰੂਮ ਵੀ ਤੱਕ ਵੀ ਜਾਣ ਨੂੰ ਨਹੀਂ ਦਿੱਤਾ ਜਾਂਦਾ ਹੈ ਜੇ ਕਿਸੇ ਨੂੰ ਵਾਸ਼ਰੂਮ ਜੇ ਕਿਸੇ ਨੇ ਜਾਣਾ ਕਹਿੰਦੀ ਹੀ ਨਹੀਂ ਵਿੱਚ ਹੀ ਬੈਠੋ ਤੇ ਉਹ ਬਹੁਤ ਹੀ ਗਲਤ ਬੱਚਿਆਂ ਦੇ ਨਾਲ ਵਿਵਹਾਰ ਕਰਦੀ ਸੀ ਜਿਸ ਦੇ ਸਿਰ ਕੇਸ ਆ ਤੇ ਹੁਣ ਉਸ ਨੂੰ ਜਿਹੜੀ ਆ ਸਜ਼ਾ ਵੀ ਹੋ ਸਕਦੀ ਹੈ ਫਿਰ ਉਹਨਾਂ ਦੇ ਵਿੱਚ ਇੱਕ ਬੰਦੇ ਨੇ ਗਲਤ ਵੀਡੀਓ ਆਪਣੇ ਹੀ ਪਾਰਟਨਰ ਦੀ ਬਣਾ ਕੇ ਵੈੱਬਸਾਈਟ ਦੇ ਉੱਤੇ ਛਾੜ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਹ ਵੇਰੋਨਾ ਵੇਨੇਟੋ ਵੇਰੀਆ ਦੇ ਵਿੱਚ ਪਾਦਵਾ ਦਾ ਰਹਿਣ ਵਾਲਾ ਬੰਦਾ ਸੀਗਾ ਜਿਸ ਦੀ ਉਮਰ ਤਕਰੀਬਨ 46 ਸਾਲ ਅਤੇ 33 ਸਾਲ ਦੀ ਉਸਦੇ ਪਾਰਟਨ ਦਾ ਸੀ ਹੁਣ ਇਸ ਬੰਦੇ ਸਿਰ ਕੇਸ ਹੋ ਗਿਆ ਅਤੇ ਹੁਣ ਇਸ ਨੂੰ ਜਿਹੜੀ ਆ ਸਜ਼ਾ ਹੋ ਸਕਦੀ ਹੈ ਚੀਨ ਦੀਆਂ ਗੱਡੀਆਂ ਦੇ ਕਾਰਨ ਯੂਰਪ ਦੀ ਜਿਹੜੀ ਆ ਬਹੁਤ ਵੱਡੀ ਇੱਕ ਮਾਰਕੀਟ ਉਹ ਡਾਊਨ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਯੂਰਪ ਦੇ ਵਿੱਚ ਇਲੈਕਟ੍ਰੋਨਿਕ ਗੱਡੀਆਂ ਜਿਹੜੀਆਂ ਕਾਟਲ ਵਾਲੀਆਂ ਹੋ ਗਈਆਂ ਜਾਂ ਫਿਰ ਬੀਵਾਈਡੀ ਜਿਹੜੀ ਯੂਰਪ ਦੇ ਵਿੱਚ ਗੱਡੀਆਂ ਆਣੀਆਂ ਸਨ ਜਿਨ੍ਹਾਂ ਦਾ ਬੋਲਸਵਾਗਨ ਅਤੇ ਬੋਲਵੋ ਦੇ ਨਾਲ ਬਹੁਤ ਵੱਡਾ ਕੰਟਰੈਕਟ ਚੱਲ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ 60000 ਜਿਹੜੇ ਉਹਨਾਂ ਨੇ ਨਵੇਂ ਬੈਟਰੀਆਂ ਪ੍ਰੋਡਿਊਸ ਕਰਨੀਆਂ ਸੀਗੀਆਂ 17000 ਨਵੀਆਂ ਗੱਡੀਆਂ ਉਹਨਾਂ ਨੂੰ ਬਣਾ ਕੇ ਦੇਣੀਆਂ ਸੀ ਹੁਣ ਇਹ ਸਭ ਕੁਝ ਦੱਸਿਆ ਜਾ ਰਿਹਾ ਕਿ ਨਾਰਥਵੋਲਟ ਵਾਲਿਆਂ ਦੀ ਜਿਹੜੀ ਕੰਪਨੀ ਆ ਉਹ ਬਹੁਤ ਹੀ ਜ਼ਿਆਦਾ ਘਾਟੇ ਵਿੱਚ ਆ ਕਿਉਂਕਿ ਉਹ ਬੈਟਰੀਆਂ ਬਣਾ ਕੇ ਦਿੰਦੀ ਸੀ ਚਾਈਨਾ ਨੂੰ ਹੁਣ ਇਹ ਜਿਹੜਾ ਇਹਨਾਂ ਨੂੰ ਬਹੁਤ ਹੀ ਵੱਡੀ ਪ੍ਰੋਬਲਮ ਪੈਣੀ ਆ ਜਿਹੜੇ ਇਹਨਾਂ ਨੇ ਬੰਦੇ ਨਵੇਂ ਰੱਖਿਆ ਇਹ ਸਾਰੇ ਇਹਨਾਂ ਨੂੰ ਕੱਢਣੇ ਪੈਣੇ ਆ ਯੂਰਪ ਦੇ ਵਿੱਚ ਇਹ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਚਾਈਨਾ ਦੀਆਂ ਗੱਡੀਆਂ ਬੰਦ ਹੋਣ ਨਾਲ ਯੂਰਪ ਦੇ ਉੱਤੇ ਜੇਕਰ ਟੈਕਸ ਲੱਗਦੇ ਆ ਅਤੇ ਹੁਣ ਜਿਹੜੀਆਂ ਇਲੀਗਲ ਐਂਟਰੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਇਟਲੀ ਦੇ ਵਿੱਚ ਨਹੀਂ ਅਲਬਾਨੀਆ ਦੇ ਵਿੱਚ ਰੱਖਿਆ ਜਾਵੇਗਾ ਪਹਿਲੀਆਂ ਜਿਹੜੀਆਂ ਅੱਜ ਜਿਹੜੇ ਬੰਦੇ ਉਹਨਾਂ ਨੂੰ ਕਿਸ਼ਤੀਆਂ ਰਾਹੀਂ ਆ ਰਹੇ ਸਨ ਇਲੀਗਲ ਐਂਟਰੀ ਕਰ ਰਹੇ ਸਨ ਉਹਨਾਂ ਨੂੰ ਸੋਨਾ ਬੰਦਿਆਂ ਨੂੰ ਟਰਾਂਸਫਰ ਕੀਤਾ ਗਿਆ ਮਿਲਟਰੀ ਦੇ ਸ਼ਿਪ ਦੇ ਵਿੱਚ ਅਲਬਾਨੀਆ ਦੇ ਵਿੱਚ ਰੱਖਿਆ ਜਾਵੇਗਾ 10 ਬੰਗਲਾਦੇਸ਼ ਅਤੇ 6 ਇਜੀਪਟ ਦੇ ਬੰਦੇ ਸਨ ਜਿਨ੍ਹਾਂ ਨੂੰ ਸ਼ਿਫਟ ਕੀਤਾ ਗਿਆ ਇਹ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਇਲੀਗਲ ਐਂਟਰੀਆਂ ਵਾਲੇ ਹੋਣਗੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਇਟਲੀ ਤੋਂ ਬਾਹਰ ਦੂਸਰੀਆਂ ਕੰਟਰੀਆਂ ਦੇ ਵਿੱਚ ਸ਼ਿਫਟ ਕਰਕੇ ਰੱਖਿਆ ਜਾਵੇਗਾ ਜੀ ਤੇ ਇਹਦੇ ਲਈ ਜਿਹੜਾ ਇਟਲੀ ਬਹੁਤ ਹੀ ਜ਼ਿਆਦਾ ਖਰਚ ਕਰ ਰਿਹਾ ਜੀ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਜੀ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਕਵਰਨਰ ਤੋਂ ਹੀ ਕੁਲਵੀਰ ਸਿੰਘ ਨਾਲ